ਹਰਿਆਣਾ ਦਾ ਬਾਰਡਰ ਤੇ ਅੱਜ ਚੌਥਾ ਦਿਨ ਹੈ। ਖਨੌਰੀ ਅਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਵੱਖ ਵੱਖ ਵਿਖਾ ਰਹੇ ਹਾਂ। ਖਨੌਰੀ ਬਾਰਡਰ ਇਸ ਵੇਲੇ ਤੁਸੀਂ ਵੇਖੋ ਕਿ ਬੈਰੀਗੇਟਿੰਗ ਜਿਹੜੀ ਹੈ ਉਹ ਹਰਿਆਣਾ ਪੁਲਿਸ ਨੇ ਕੀਤੀ ਹੋਈ ਹੈ। ਔਰ ਚੌਥੇ ਦਿਨ ਅੱਜ ਮਾਹੌਲ ਜ਼ਰੂਰ ਸ਼ਾਂਤ ਰਿਹਾ, ਕਿਉਂਕਿ ਪੁਲਿਸ ਵੱਲੋਂ ਅੱਜ ਚਿੱਟਾ ਝੰਡਾ ਕੱਲ੍ਹ ਹੀ ਲਾ ਦਿੱਤਾ ਗਿਆ ਸੀਗਾ। ਔਰ ਪਰਸੋਂ ਅਤੇ ਕੱਲ੍ਹ ਆਸੂ ਗੈਸ ਦੇ ਗੋਲੇ ਕਿਸਾਨਾਂ ਤੇ ਦਾਗੇ ਗਏ, ਪਰ ਅੱਜ ਪਿਛਲੇ ਦੋ ਦਿਨਾਂ ਨਾਲੋਂ ਸ਼ਾਂਤੀ ਜ਼ਰੂਰ ਰਹੀ ਹੈ। ਨਹੀਂ ਤਾਂ ਪੁਲਿਸ ਨੇ ਤੁਸੀਂ ਵੇਖੋ ਕਿ ਪ੍ਰਬੰਧ ਕੀਤਾ ਹੋਇਆ ਕਿ ਆਸੂ ਗੈਸ ਜੇ ਕੋਈ ਅੱਗੇ ਵੱਧਦਾ ਹੈ ਤਾਂ ਆਸੂ ਗੈਸ ਦੇ ਗੋਲੇ ਉਹਨਾਂ ਤੇ ਦਾਗੇ ਜਾਂਦੇ ਹੈ। ਔਰ ਪੁਲਿਸ ਜਿਹੜਾ ਹੈ ਉਹ ਬੈਰੀਗੇਟਿੰਗ ਕਰਕੇ ਪਰਲੇ ਪਾਸੇ, ਕਿਉਂਕਿ ਦੂਜੀ ਤਰਫ ਇਹ ਖਨੌਰੀ ਬਾਰਡਰ ਹੈ, ਪਰਲੇ ਪਾਸੇ ਹਰਿਆਣਾ ਹੈ, ਔਰ ਪਿੱਛੇ ਪਾਤੜਾ ਸੰਗਰੂਰ ਵਾਲਾ ਏਰੀਆ ਪੂਰਾ ਹੈਗਾ। ਔਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਖਨੌਰੀ ਬਾਰਡਰ ਤੇ ਐਤਵਾਰ ਦੀ ਮੀਟਿੰਗ ਤੇ ਨਜ਼ਰਾਂ ਨੇ, ਕਿਉਂਕਿ ਬੀਤੀ ਰਾਤ ਵੀਰਵਾਰ ਦੇ ਦਿਨ ਮੀਟਿੰਗ ਹੋਈ, ਤਿੰਨ ਮੰਤਰੀ ਜਿਹੜੇ ਨੇ ਕੇਂਦਰ ਦੇ ਉਹਨਾਂ ਨਾਲ ਮੀਟਿੰਗ ਕੀਤੀ, 14 ਕੁ ਲਾਗੂ ਸੀਗੇ ਜਿਨ੍ਹਾਂ ਨੇ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ ਹੈ। ਔਰ ਹੁਣ ਨਜ਼ਰਾਂ ਨੇ ਕਿ ਐਤਵਾਰ ਦੇ ਦਿਨ ਜਿਹੜੀ ਮੀਟਿੰਗ ਚੰਡੀਗੜ੍ਹ 'ਚ ਹੈਗੀ ਹੈ ਸ਼ਾਮ ਨੂੰ, ਉਸ ਦਿਨ ਕੀ ਬਣਦਾ ਹੈ। ਔਰ ਖਾਸ ਕਰਕੇ ਕਿਉਂਕਿ ਪਿਛਲੀ ਮੀਟਿੰਗ ਜਿਹੜੀ ਪਿਛਲੀ ਰਾਤ ਰਹੀ ਹੈ ਉਸ ਅੰਦਰ ਵੀ ਜਿਹੜੇ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ, ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਟਵਿੱਟਰ ਜੋ ਕਿਸਾਨਾਂ ਦੇ ਬੰਦ ਕੀਤੇ ਗਏ, ਉਸ 'ਤੇ ਮੁੱਦਾ ਚੁੱਕਿਆ ਗਿਆ ਕਿਸਾਨ ਆਗੂਆਂ ਵੱਲੋਂ। MSP 'ਤੇ ਵਾਰ ਵਾਰ ਕਿਸਾਨ ਆਗੂਆਂ ਨੇ ਮੁੱਦਾ ਚੁੱਕਿਆ ਕਿ MSP 'ਤੇ ਕੋਈ ਪੱਕਾ ਹੱਲ ਸਰਕਾਰ ਦੇਵੇ, ਪਰ ਸਰਕਾਰ ਵੱਲੋਂ ਕੋਈ ਵੀ MSP 'ਤੇ ਪੱਕਾ ਹੱਲ ਹਾਲੇ ਤੱਕ ਨਹੀਂ ਹੈ। ਪੋਲਿਊਸ਼ਨ 'ਤੇ ਚਰਚਾ ਕੀਤੀ ਗਈ ਕਿਸਾਨ ਆਗੂਆਂ ਵੱਲੋਂ, ਤਮਾਮ ਮਸਲੇ ਸੀਗੇ ਜੋ 10 ਮੰਗਾਂ ਕੋਲ ਹੈਗੀਆਂ ਉਸ 'ਤੇ ਚਰਚਾ ਕੀਤੀ ਗਈ। ਔਰ 1:30 ਵਜੇ ਤੱਕ ਰਾਤ ਮੀਟਿੰਗ ਚੱਲੀ, ਪਰ ਕੋਈ ਹੱਲ ਸਰਕਾਰ ਵੱਲੋਂ ਨਹੀਂ ਕੱਢਿਆ ਗਿਆ। ਔਰ ਹੁਣ ਵੀ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ। ਤੁਹਾਨੂੰ ਨਜ਼ਰ ਆਏਗਾ ਕਿ ਪਿੱਛੇ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਹਜ਼ਾਰਾਂ ਦੀ ਗਿਣਤੀ 'ਚ ਟਰਾਲੀਆਂ, ਕਿਸਾਨ ਜਿਹੜੇ ਨੇ ਉਹ ਆਪਣਾ 6-6 ਮਹੀਨੇ ਦਾ ਰਾਸ਼ਨ ਲੈ ਕੇ ਇੱਥੇ ਡਟੇ ਹੋਏ ਨੇ। ਔਰ ਨਜ਼ਰਾਂ ਨੇ ਕਿ ਐਤਵਾਰ ਦੀ ਮੀਟਿੰਗ 'ਚ ਕੀ ਬਣਦਾ ਹੈ, ਕਿਸਾਨ ਆਗੂ ਜਿਹੜੇ ਨੇ ਉਹ ਕੀ ਸੁਨੇਹਾ ਹੁਣ ਘੱਲਦੇ ਨੇ, ਔਰ ਉਦੋਂ ਤੱਕ ਕਿਸਾਨਾਂ ਨੂੰ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਣੇ ਰਹਿਣ ਦਾ ਸੁਨੇਹਾ ਕਿਸਾਨ ਆਗੂਆਂ ਵੱਲੋਂ ਹੈਗਾ ਹੈ। ਔਰ ਇਹ ਤੁਸੀਂ ਵੇਖੋ ਕਿ ਜਿੰਨੇ ਨੌਜਵਾਨ ਜਾਂ ਬਜ਼ੁਰਗ ਜੋ ਇਸ ਕਿਸਾਨ ਅੰਦੋਲਨ ਦੇ ਲਈ ਦਿੱਲੀ ਕੂਚ ਦੇ ਲਈ ਇੱਥੇ ਪਹੁੰਚੇ ਹੋਏ ਨੇ ਉਹ ਡਟੇ ਹੋਏ ਨੇ। ਔਰ ਦੂਜੇ ਪਾਸੇ ਤੁਸੀਂ ਦੇਖੋ ਕਿ ਖੇਤਾਂ ਤੱਕ ਕਿਵੇਂ ਜੋਸ਼ ਤੁਹਾਨੂੰ ਕਿਸਾਨਾਂ ਦਾ ਨਜ਼ਰ ਆਏਗਾ। ਕਿਸਾਨ ਆਗੂ ਜਿਹੜੇ ਨੇ ਉਹ ਕੀ ਸੁਨੇਹਾ ਲਾਉਂਦੇ ਨੇ ਉਸਦਾ ਵੀ ਇੰਤਜ਼ਾਰ ਹੈ। ਔਰ ਤੁਸੀਂ ਦੇਖੋ ਕਿ ਖੇਤ ਆਸੇ ਪਾਸੇ ਉਸਦੇ ਅੰਦਰ ਵੀ ਕਿਸਾਨ ਮੌਜੂਦ ਨੇ, ਪੁਲਿਸ ਜਿਹੜੀ ਹੈ ਉਹ ਦੂਜੇ ਪਾਸੇ ਬੈਰੀਗੇਟਿੰਗ ਦੇ ਮੌਜੂਦ ਹੈ। ਔਰ ਨਾਲ ਤੁਹਾਨੂੰ ਨਜ਼ਰ ਆਏਗਾ ਕਿ ਕਿਸਾਨ ਆਗੂ ਜਿਹੜੇ ਨੇ ਉਹ ਕੀ ਇੱਥੇ ਆ ਕੇ, ਕਿਉਂਕਿ ਵੱਖ ਵੱਖ ਕਿਸਾਨ ਆਗੂਆਂ ਵੱਲੋਂ ਮੀਟਿੰਗ ਵੀ ਕੀਤੀ ਜਾਂਦੀ ਹੈ, ਇਹਨਾਂ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ। ਔਰ ਦੋਨੇ ਪਾਸੇ ਝੰਡੇ ਵੀ ਜਿਹੜੇ ਨੇ ਉਹ ਕਿਸਾਨਾਂ ਵੱਲੋਂ ਵੀ ਔਰ ਪੁਲਿਸ ਵੱਲੋਂ ਵੀ ਲਗਾਏ ਗਏ ਨੇ, ਤਾਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਮਾਹੌਲ ਜਿਹੜਾ ਹੈ ਉਹ ਇੱਥੇ ਰਹੇ। ਕੈਮਰਾਮੈਨ ਅਮਨਦੀਪ ਸਿੰਘ ਨਾਲ ਅਮਨ ਭਾਰਦਵਾਜ, ਨਿਊਜ਼ 18 ਖਨੌਰੀ ਬਾਰਡਰ।